ਕੱਲ੍ਹ ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜੋ ਪੈਟਰੋਲ ਦੀ ਕਮੀ ਆਈ ਸੀ, ਹੁਣ ਉਹ ਕਮੀ ਪੂਰੀ ਹੋ ਗਈ ਹੈ। ਲਗਭਗ ਪੈਟਰੋਲ ਪੰਪ ਜਿਹੜੇ ਨੇ ਉਹਨਾਂ 'ਤੇ ਪੈਟਰੋਲ ਜਿਹੜਾ ਜਾਂ ਡੀਜ਼ਲ ਉਹ ਪਹੁੰਚ ਚੁੱਕਿਆ ਹੈ ਅਤੇ ਆਮ ਲੋਕਾਂ ਨੂੰ ਪੈਟਰੋਲ ਡੀਜ਼ਲ ਉਹਨਾਂ ਦੀ ਸੁਵਿਧਾ ਦੇ ਅਕੋਰਡਿੰਗ ਮਿਲਣਾ ਸ਼ੁਰੂ ਹੋ ਗਿਆ। ਮੇਰੇ ਪਿੱਛੇ ਤਸਵੀਰਾਂ ਤੁਸੀਂ ਪੈਟਰੋਲ ਪੰਪ ਦੀਆਂ ਦੇਖ ਰਹੇ ਹੋ, ਮੋਹਾਲੀ ਦੀਆਂ ਇਹ ਤਸਵੀਰਾਂ ਨੇ, ਮੋਹਾਲੀ ਦੇ ਲਾਂਡਰਾ ਦੇ ਵਿੱਚ ਜਿੱਥੇ ਕੱਲ੍ਹ ਡਰਾਈ ਹੋ ਚੁੱਕੀ ਸੀ ਪੂਰੀ, ਜਿਹੜਾ ਪੈਟਰੋਲ ਪੰਪ ਹੈ ਡਰਾਈ ਹੋ ਗਿਆ ਸੀ ਬਿਲਕੁਲ, ਨਾ ਤਾਂ ਪੈਟਰੋਲ ਸੀ ਨਾ ਡੀਜ਼ਲ ਸੀ, ਕਿਉਂਕਿ ਜਿਹੜੇ ਟੈਂਕਰ ਸੀ ਜਿੰਨੇ ਵੀ ਪੈਟਰੋਲ ਡੀਜ਼ਲ ਦੇ ਸਨ ਉਹ ਖਤਮ ਹੋ ਗਏ ਸੀ। ਅਤੇ ਉਸ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਇਹ ਪੈਟਰੋਲ ਪੰਪ ਡਰਾਈ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਅੱਜ ਸਵੇਰੇ ਇੱਕ ਟੈਂਕਰ ਆਉਣ ਤੋਂ ਬਾਅਦ ਫਿਰ ਤੋਂ ਇੱਥੇ ਜਿਹੜੀ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਹੈ ਉਹ ਚਾਲੂ ਹੋ ਗਈ ਹੈ। ਹੁਣ ਵੀ ਲੋਕ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕੱਲ੍ਹ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸੀ, ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਪਹੁੰਚੇ ਹੋਏ ਸਨ। ਹੁਣ ਅਜਿਹਾ ਕੋਈ ਅਜਿਹੀ ਕੋਈ ਤਸਵੀਰ ਜਿਹੜੀ ਹੈ ਉਹ ਸਾਹਮਣੇ ਨਹੀਂ ਹੈ। ਲੋਕ ਬੜੇ ਆਰਾਮ ਨਾਲ ਆ ਰਹੇ ਨੇ, ਆਮ ਵਾਂਗੂ ਜਿਵੇਂ ਪਹਿਲਾਂ ਆਮ ਵਾਂਗੂ ਆ ਕੇ ਪੈਟਰੋਲ ਡੀਜ਼ਲ ਪਵਾ ਰਹੇ ਸੀ, ਉਸੇ ਤਰੀਕੇ ਦੇ ਨਾਲ ਅੱਜ ਪੈਟਰੋਲ ਡੀਜ਼ਲ ਲੋਕਾਂ ਦੇ ਵੱਲੋਂ ਜਿਹੜਾ ਉਹ ਪਵਾਇਆ ਜਾ ਰਿਹਾ। ਇੱਥੇ ਉਹ ਤਸਵੀਰ ਜਿਹੜੀ ਸੀ ਕੱਲ੍ਹ ਡਰਾ ਦੇਣ ਵਾਲੀ ਤਸਵੀਰ, ਕਿ ਵੱਡੀਆਂ ਵੱਡੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਸੀ, ਵੱਡੇ ਵੱਡੇ ਇਕੱਠ ਪੈਟਰੋਲ ਪੰਪਾਂ 'ਤੇ ਹੋ ਗਏ ਸੀ, ਦੂਰ ਦੂਰ ਤੱਕ ਟ੍ਰੈਫਿਕ ਜਾਮ ਲੱਗ ਗਏ ਸੀ ਕਿ ਸਿਰਫ ਪੈਟਰੋਲ ਡੀਜ਼ਲ ਪਵਾਉਣ ਦੇ ਲਈ। ਉਹ ਤਸਵੀਰ ਹੁਣ ਅੱਜ ਨਹੀਂ ਹੈ। ਕੋਈ ਇੱਕ ਅਦੁੱਕਾ ਜਿਹੜਾ ਪੈਟਰੋਲ ਪੰਪ ਹੋਏਗਾ ਜਿੱਥੇ ਹੁਣ ਪੈਟਰੋਲ ਜਾਂ ਡੀਜ਼ਲ ਨਹੀਂ ਹੋਏਗਾ, ਪਰ ਇਸ ਤੋਂ ਇਲਾਵਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਜਿਹੜੀ ਪੈਟਰੋਲ ਡੀਜ਼ਲ ਦੀ ਜਿਹੜੀ ਸਪਲਾਈ ਹੈ ਉਹ ਚਾਲੂ ਹੋ ਗਈ ਹੈ। ਕਿਉਂਕਿ ਇੱਕ ਤਾਂ ਦੂਜੇ ਪਾਸੇ ਟਰੱਕ ਡਰਾਈਵਰ ਜਿਹੜੇ ਨੇ ਉਹ ਬੇਸ਼ੱਕ ਹੜਤਾਲ 'ਤੇ ਨੇ, ਪਰ ਟੈਂਕਰ ਜਿਹੜੇ ਨੇ ਉਹ ਜ਼ਰੂਰ ਚਾਲੂ ਕਰ ਦਿੱਤੇ ਗਏ ਨੇ। ਪੈਟਰੋਲ ਡੀਜ਼ਲ ਵਾਲੇ ਟੈਂਕਰ ਜਿਹੜੇ ਨੇ ਉਹ ਉਹਨਾਂ ਦੀ ਸਪਲਾਈ ਜਿਹੜੀ ਹੈ ਹਰ ਇੱਕ ਥਾਂ ਦੇ ਉੱਤੇ ਪਹੁੰਚ ਰਹੀ ਹੈ, ਜਿਸ ਤੋਂ ਬਾਅਦ ਪੈਟਰੋਲ ਪੰਪਾਂ ਦੇ ਉੱਤੇ ਜਿਹੜੀ ਆਮ ਵਾਂਗੂ ਜਿਹੜਾ ਪੂਰਾ ਪ੍ਰੋਸੈਸ ਸੀ ਉਹ ਸ਼ੁਰੂ ਹੋ ਗਿਆ। ਲੋਕ ਆਮ ਵਾਂਗੂ ਆ ਰਹੇ ਨੇ ਅਤੇ ਪੈਟਰੋਲ ਡੀਜ਼ਲ ਪਵਾ ਕੇ ਫਿਰ ਵਾਪਸ ਜਾ ਰਹੇ ਨੇ, ਕਿਉਂਕਿ ਟੈਂਕਰ ਜਿਹੜੇ ਨੇ ਪੈਟਰੋਲ ਡੀਜ਼ਲ ਵਾਲੇ ਉਹ ਸਮੇਂ ਸਿਰ ਪਹੁੰਚ ਰਹੇ ਨੇ। ਅਤੇ ਕੱਲ੍ਹ ਜਿਹੜੇ ਜਿਹੜੇ ਪੈਟਰੋਲ ਪੰਪਾਂ ਦੇ ਉੱਥੇ ਪੈਟਰੋਲ ਜਾਂ ਡੀਜ਼ਲ ਖਤਮ ਹੋਇਆ ਸੀ ਉੱਥੇ ਵੀ ਹੁਣ ਜਿਹੜੀ ਸਪਲਾਈ ਹੈ ਉਹ ਪੂਰੀ ਹੋ ਗਈ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ, ਜਿੱਥੇ ਆਮ ਲੋਕ ਵੀ ਸਾਡੇ ਨਾਲ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਪੂਰੀ ਕਮੀ ਹੋ ਗਈ ਖਤਮ, ਪੈਟਰੋਲ ਡੀਜ਼ਲ ਜਿਹੜਾ ਕੱਲ੍ਹ ਖਤਮ ਹੋਇਆ ਸੀ ਕੋਈ ਚੱਕਰ ਠੀਕ ਪੈ ਗਿਆ ਪਈ ਜਾਂਦਾ? ਅੱਛਾ, ਹੁਣ ਤਾਂ ਨਹੀਂ ਲੱਗਦਾ ਵੀ ਕੋਈ ਖਤਮ ਹੋ ਜੂਗਾ, ਹਫ਼ਤਾ ਲੰਘ ਜਾ ਰਾਉਂਡ ਆਫ ਦੇਖੀ ਜਾਊਗਾ। ਤੇ ਦੇਖ ਸਕਦੇ ਹੋ ਕਿ ਸਾਡੇ ਨਾਲ ਇੱਕ ਮੈਮ ਹੈਗੇ ਨੇ ਜਿਹੜੇ ਇੱਥੇ ਕੰਮ ਕਰਦੇ। ਮੈਮ, ਅੱਜ ਪੈਟਰੋਲ ਡੀਜ਼ਲ ਦੀ ਕੋਈ ਕਮੀ ਤਾਂ ਨਹੀਂ? ਨਹੀਂ ਮੈਮ, ਅੱਜ ਸਵੇਰੇ ਆਇਆ ਕੋਈ ਟੈਂਕਰ ਪੈਟਰੋਲ ਡੀਜ਼ਲ ਦਾ? ਸਪਲਾਈ ਆਈ ਸੀ ਸੁਬਹ। ਅੱਜ ਇਹ ਤੋਂ ਬਾਅਦ ਫਿਰ ਕੋਈ ਐਵੇਂ ਤਾਂ ਨਹੀਂ ਹੋਇਆ ਵੀ ਖਤਮ ਹੋਇਆ ਜਾਂ ਕੁਛ? ਨਹੀਂ ਜੀ। ਕਿੰਨੇ ਵਜੇ ਡਰਾਈ ਹੋ ਗਿਆ ਸੀ? ਕੱਲ੍ਹ ਹੋ ਗਿਆ ਸੀ 3-4 ਵਜੇ ਜੀ। ਕੱਲ੍ਹ ਤਾਂ ਫਿਰ ਬਹੁਤ ਇਕੱਠ ਵੀ ਹੋਇਆ ਹੋਊਗਾ ਇੱਥੇ? ਹਾਂਜੀ, ਕਾਫੀ ਇਕੱਠ ਸੀਗਾ। ਅੱਜ ਨੋਰਮਲ ਚੱਲਿਆ ਸਵੇਰ ਤੋਂ? ਅੱਛਾ ਜੀ, ਅਤੇ ਆ ਕਹਿ ਰਹੇ ਨੇ ਕਿ ਅੱਜ ਨੋਰਮਲ ਚੱਲਿਆ, ਅਤੇ ਇਸੇ ਇਹੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਟ੍ਰਾਈਕ ਤੋਂ ਬਾਅਦ ਜਿਵੇਂ ਜਿਸ ਤਰੀਕੇ ਦੇ ਨਾਲ ਹੋਇਆ ਸੀ ਕਿ ਇੱਕ ਵਾਰ ਪੰਜਾਬ ਦੇ ਵਿੱਚ ਜਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਖਾਸ ਤੌਰ 'ਤੇ ਕਿ ਵੱਡੇ ਵੱਡੇ ਜਾਮ ਜਿਹੜੇ ਉਹ ਲੱਗੇ ਸੀ, ਉਹ ਅੱਜ ਜਾਮ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਨਹੀਂ ਮਿਲ ਰਹੇ। ਆਮ ਵਾਂਗੂ ਸਭ ਕੁਛ ਚੱਲ ਰਿਹਾ, ਲੋਕ ਆਮ ਵਾਂਗੂ ਆ ਕੇ ਆਪਣਾ ਪੈਟਰੋਲ ਡੀਜ਼ਲ ਜਿਹੜੇ ਆ ਉਹ ਪੈਟਰੋਲ ਪੰਪਾਂ ਤੋਂ ਪਵਾ ਰਹੇ ਨੇ। ਅਤੇ ਸਾਡੇ ਨਾਲ ਮੈਨੇਜਰ ਸਾਹਿਬ ਵੀ ਨੇ ਇੱਥੋਂ ਦੇ ਇਸ ਪੈਟਰੋਲ ਪੰਪ ਦੇ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੇਜਰ ਸਾਹਿਬ, ਬਿਲਕੁਲ ਨੋਰਮਲ ਹੋ ਗਿਆ ਜੀ ਇੱਥੇ ਸਾਰਾ ਕੁਛ, ਪੈਟਰੋਲ ਡੀਜ਼ਲ ਦੀ ਸਪਲਾਈ ਆਮ ਵਾਂਗੂ ਹੋ ਗਈ ਹੈ? ਹਾਂਜੀ ਮੈਮ, ਹਮਾਰੇ ਤੋਂ ਆ ਗਈ ਜੀ ਪੈਟਰੋਲ ਦੀ ਸਪਲਾਈ। ਹਾਂਜੀ, ਕੱਲ੍ਹ ਡਰਾਈ ਹੋ ਗਏ ਸੀਗੇ ਇੱਥੇ ਇਸੀ ਜਗ੍ਹਾ ਦੇ ਉੱਤੇ, ਅਤੇ ਅੱਜ ਫਿਰ ਕਦੋਂ ਸਵੇਰੇ ਟੈਂਕਰ ਆਇਆ? ਸਵੇਰੇ ਆ ਗਿਆ ਸੀ, 11 ਵਜੇ ਤੱਕ ਆ ਗਿਆ। ਹਾਂਜੀ ਹਾਂਜੀ। ਹੁਣ ਇਹ ਤੋਂ ਬਾਅਦ ਕੋਈ ਫਿਰ ਪ੍ਰੋਬਲਮ ਤਾਂ ਨਹੀਂ ਰਹੀ? ਨਹੀਂ ਜੀ, ਕੋਈ ਪ੍ਰੋਬਲਮ ਨਹੀਂ ਆਈ ਜੀ।
ਠੀਕ ਹੈ, ਤਾਂ ਕੋਈ ਪ੍ਰੋਬਲਮ ਨਹੀਂ ਹੈ, ਕਹਿ ਰਹੇ ਕਿ ਬਿਲਕੁਲ ਜਿਹੜਾ ਸਹੀ ਹੋ ਗਿਆ ਪੂਰੀ ਪੈਟਰੋਲ ਦੀ ਸਪਲਾਈ ਜਿਹੜੀ ਹੈ ਉਹ ਇਸ ਪੈਟਰੋਲ ਪੰਪ 'ਤੇ ਆਉਣੀ ਸ਼ੁਰੂ ਹੋ ਗਈ ਹੈ, ਅਤੇ ਇਸੇ ਤਰੀਕੇ ਨਾਲ ਮੋਹਾਲੀ ਜਾਂ ਚੰਡੀਗੜ੍ਹ ਦੇ ਹੋਰ ਵੀ ਪੈਟਰੋਲ ਪੰਪ ਨੇ ਜਿੱਥੇ ਪੈਟਰੋਲ ਡੀਜ਼ਲ ਦੀ ਸਪਲਾਈ ਜਿਹੜੀ ਆ ਉਹ ਪੂਰੀ ਪਹੁੰਚ ਰਹੀ ਹੈ, ਅਤੇ ਆਮ ਲੋਕਾਂ ਦੇ ਲਈ ਜਿਹੜੀ ਮੁਸੀਬਤ ਖੜੀ ਹੋਈ ਸੀ ਕੱਲ੍ਹ ਉਹ ਹੁਣ ਦੂਰ ਹੋ ਚੁੱਕੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਮੋਹਾਲੀ।